ਕੱਲ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਕੋਰੋਨਾ ਦੇ ਇਸ ਦੌਰ ਦੇ ਵਿੱਚ ਸਰਕਾਰ ਦੇ ਆਦੇਸ਼ਾਂ ਦੀ ਪਾਲਣ ਕਰਦੇ ਹੋਏ ਘਰ ਵਿੱਚ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਕਹਿਣਾ ਹੈ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਮੁਸਲਿਮ ਸਮੁਦਾਇ ਦਾ ਛੋਟਾ ਮੱਕਾ ਮੰਨੇ ਜਾਂਦੇ ਰੋਜ਼ਾ ਸ਼ਰੀਫ ਦੇ ਖਲੀਫਾ ਦਾ। ਖਲੀਫਾ ਨੇ ਕਿਹਾ ਹੈ ਕਿ ਸਾਨੂੰ ਪ੍ਰਸ਼ਾਸਨ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਵਿੱਚ ਹੀ ਨਮਾਜ਼ ਅਦਾ ਕਰਨ ਦੇ ਨਾਲ ਨਾਲ ਅੱਲਾ ਤੋਂ ਸਾਰਿਆਂ ਦੇ ਭਲੇ ਦੇ ਲਈ ਦੁਆ ਕਰਨੀ ਚਾਹੀਦੀ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੱਲ੍ਹ ਤੋਂ ਜਿਹੜਾ ਹੈਗਾ ਰਮਦਾਨ ਸ਼ਰੀਫ ਦਾ ਮੁਬਾਰਕ ਮਹੀਨਾ ਜਿਹੜਾ ਹੈਗਾ ਇਹ ਸ਼ੁਰੂ ਹੋ ਰਿਹਾ ਹੈ ਅਤੇ ਔਰ ਇਸ ਦੇ ਨਾਲ ਨਾਲ ਜਿਹੜੇ ਕਿ ਪੂਰੀ ਦੁਨੀਆ ਕਹਿੰਦੇ ਇਸ ਵਕਤ ਕੋਰੋਨਾ ਵਾਇਰਸ ਦੀ ਜਿਹੜੀ ਇੱਕ ਵਬਾ ਫੈਲੀ ਹੋਈ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸਰਕਾਰ ਵੱਲੋਂ ਵੀ ਇਹੀ ਹਦਾਇਤ ਹੈ ਕਿ ਲੋਕ ਆਪਣੇ ਆਪਣੇ ਘਰਾਂ ਕਹਿੰਦੇ ਨਮਾਜ਼ ਅਦਾ ਕਰਨ ਅਤੇ ਆਪਣੇ ਜੋ ਵੀ ਇਬਾਦਤ ਹੈ ਜਿਹੜੀ ਰਮਦਾਨ ਮੁਬਾਰਕ ਦੀ ਜਿਹੜੀਆਂ ਹੈਗੀਆਂ ਤਰਾਵੀਆਂ ਹੈ ਉਹਨਾਂ ਨੂੰ ਆਪਣੇ ਘਰਾਂ 'ਚ ਅਦਾ ਕਰਨ ਤੋਂ ਉਦੋਂ ਕੋਈ ਦਿੱਕਤ ਨਹੀਂ ਹੈ ਜਿਹੜਾ ਰਾਸ਼ਨ ਵਗੈਰਾ ਜਿਹੜਾ ਹੈਗਾ ਸਭ ਕੁਝ ਮਿਲ ਰਿਹਾ ਹੈ ਕੋਈ ਉੱਥੇ ਕੋਈ ਪ੍ਰੋਬਲਮ ਨਹੀਂ ਆ ਰਹੀ ਸਾਡੇ ਨਾਲ ਸਪੋਰਟ ਹੈ ਇਸ ਚੀਜ਼ ਦੀ ਵੀ ਜ਼ਰੂਰਤ ਹੈ ਪ੍ਰਸ਼ਾਸਨ ਸਾਡੇ ਨਾਲ ਖੜਾ ਅਤੇ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਸਭ ਮੁਸਲਮਾਨ ਬਰਾਦਰ ਜਿਹੜੇ ਹੈਗੇ ਆ ਉਹ ਇਸ ਮੌਕੇ ਦੇ ਉੱਪਰ ਆਪਣੇ ਆਪਣੇ ਘਰਾਂ 'ਚ ਰਹਿ ਕੇ ਰੋਜ਼ੇ ਰੱਖਣ ਅਤੇ ਨਮਾਜ਼ਾਂ ਅਦਾ ਕਰਨ ਅਤੇ ਰਾਮੀਆਂ ਜਿਹੜੀਆਂ ਹੈਗੀਆਂ ਜਿਹੜੀ ਕਿ ਬਹੁਤ ਹੀ ਸਾਡੇ ਲਈ ਬਹੁਤ ਜ਼ਰੂਰੀ ਹੈ ਰਮਜ਼ਾਨ ਮੁਬਾਰਕ ਦੇ ਮੌਕੇ 'ਤੇ ਪੜ੍ਹੀ ਜਾਂਦੀਆਂ ਇਹ ਵੀ ਆਪਣੇ ਘਰਾਂ ਕੇ ਅੰਦਰ ਹੀ ਅਦਾ ਕਰਨ ਮਸਜਿਦਾਂ ਕੇ ਅੰਦਰ ਨਾ ਜਾਣ ਅਤੇ ਪੂਰਾ ਸੋਸ਼ਲ ਡਿਸਟੈਂਸ ਜਿਹੜਾ ਹੈਗਾ ਜੋ ਕਿ ਹਦਾਇਤਾਂ ਨੇ ਗੌਰਮੈਂਟ ਦੀਆਂ ਉਹਦੇ ਮੁਤਾਬਕ ਅਮਲ ਕਰਨ ਤਾਂ ਕਿ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲੱਗੇ ਕਰਫਿਊ ਦੇ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਕਿਸੇ ਤਰ੍ਹਾਂ ਦੇ ਢਿੱਲ ਨਹੀਂ ਦਿੱਤੀ ਜਾ ਰਹੀ ਕਿਉਂਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਅਹਿਤਿਆਤ ਰੱਖਿਆ ਜਾ ਰਿਹਾ ਹੈ। ਇਸੇ ਦੇ ਚਲਦੇ ਮੁਸਲਿਮ ਸਮੁਦਾਇ ਨੂੰ ਖਲੀਫਾ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਮਸਜਿਦ ਵਿੱਚ ਆਉਣ ਦੀ ਬਜਾਏ ਆਪਣੇ ਘਰਾਂ ਵਿੱਚ ਰਹਿ ਕੇ ਸਾਰੇ ਨਮਾਜ਼ ਅਦਾ ਕਰਨ ਅਤੇ ਉਸ ਅੱਲਾ ਪਰਵਰਦਿਗਾਰ ਤੋਂ ਸਾਰੀ ਦੁਨੀਆ ਦੇ ਭਲੇ ਲਈ ਦੁਆ ਕਰਨ। ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ।